jeden macerat, fucking macerat, una volontà. E veri il mal di reale. بر محمد و آل محمد بلند تر صلوات اپنے اپنے مرحومین واسطے صلوات پڑھ لو ساڈے کچھ بہن بھائی بے وارث گئے جنہاں دا بعد ایک پڑھن والا کوئی نہیں ایک صلوات انہاں دے سوال اعوذ باللہ من الشیطان الرجیم بسم اللہ لله وكفى والصلاة على عباده الذين اصطفى خصوصا على أبي القاسم محمد المصطفى آل بیتہ الطیبین الطاہرین الشرفاء کہے نصیبے
ਉੱਥੋਂ ਪੁੱਲ ਵਗਦਾ ਦਾ ਨੇੜੇ ਹਾਂ ਯਾ ਕਬਰਸਤਾਨ ਜੀ ਬਿਸਮਿਲਲਾ। ਅੱਛਾ ਜੀ, ਉੱਥੋਂ ਪੁੱਲ ਵਗਦਾ ਦਿੱਤੇ ਉਮਤ ਨੇ ਅਜਰਿਆ ਜੀ ਮੇ ਇੱਕ 14 ਸਾਲ ਦੀ ਕੈਦ ਨਿਭਾ ਕੇ ਥਿਆ ਵਿੱਚ ਬਗਦਾ ਸਾਡੀ ਸੁਣੀ ਕਿਸੇ ਨੇ ਬੜੀ ਸਾਹਿਬ ਪਹਿਲੇ ਗੱਲ ਸੁਣੀ ਦੀ ਹੈ, ਜੱਜ ਵੀ ਬਹਿਸ ਸੁਣਦਾ ਹੈ ਫਿਰ ਫੈਸਲਾ। ਅਸੀਂ ਉਹ ਗਰੀਬ ਕੌਮ ਹਾਂ, ਸਾਡੀ ਸੁਣੀ ਕਿਸੇ ਜੀ, ਕੋਈ ਸੁਣ ਲੈਂਦਾ ਤੇ ਫਿਰ ਐਸਾ ਨਾ ਸਾਦਾ ਦਰੁਲੀ ਕੁੱਲ ਮੁਲਕ ਮੈਂ ਕਿਆ ਵੀ ਦੱਸਾਂ ਹੈ ਪੁੱਤਰ ਸੁੱਤ ਖੁਰਾਸਾਨ ਦੇ ਵਿੱਚ ਤੇ ਪਿਓ ਬਗਦਾ। ਜਿਹੜਾ ਬੰਦਾ ਆਉਂਦਾ ਮੈਨੂੰ ਹੰਜ ਨਹੀਂ ਆਉਂਦੀ ਉਹ ਮੇਰੇ ਲੋਕ ਹੈ ਪੁੱਤਰ ਸੁੱਤ ਖੁਰਾਸਾਨ ਦੇ ਵਿੱਚ ਤੇ ਪਿਓ ਬਗਦਾ ਰੁਲ ਮੋਈ ਘੁੰਮਦਿਆਂ ਰਸਤਿਆਂ ਤੇਰੇ ਜਾਂਦਾ ਕੋਈ ਨਾ ਵਾ ਦਸ ਮਿੰਟ ਬਾਰੇ ਸਾਡੇ ਜਿਤਨੇ ਵੀ ਇਮਾਮ ਨੇ ਸਭ ਮਜ਼ਲੂਮ ਪੰਦਰਾਂ ਵੀਹ ਬੰਦੇ ਵੀ ਅਗਰ ਮੇਰੇ ਜੁਮਲੇ ਨੂੰ ਸਮਝ ਗਿਆ ਤਾਂ ਮੈਂ ਮੁਤਮਿਨ ਹੋ ਜਾਵਾਂਗਾ। ਮੁਸ਼ਕਿਲ ਹੈ ਜ਼ਰਾ ਜੁਮਲਾ, ਪੰਦਰਾਂ ਵੀਹ ਬੰਦੇ ਵੀ ਸਮਝ ਗਏ, ਯਾਰਾਂ ਸ਼ਹੀਦ ਹੋ ਗਏ, 12ਵਾਂ ਗੈਬਤ ਮਿਨ ਜ਼ਿਕਰੇ ਹੁਸੈਨ ਨਸੀਬ ਨਾ ਹੋਵੇ, 11 ਸ਼ਹੀਦ ਹੋ ਕੇ ਇਤਨੇ ਔਖੇ ਨਹੀਂ ਜਿਤਨਾ 12ਵਾਂ ਜ਼ਿੰਦਾ ਰਹਿ ਗਿਆ।
ਸਮਝਿਆ ਜਾਂ ਸਾਰਾ ਤਲਬ ਹੁਸੈਨ ਦਾ ਨਾਰਾ ਲਾਉਣ ਵਾਲਾ। ਤੁਸੀਂ ਮਿੰਟ ਰੁਨਾ, ਦੋ ਰੁਨੇ, ਚਾਰ ਰੁਨੇ, ਕਿਸੇ ਜ਼ਾਕਰ ਅੱਗੇ ਰੁਨੇ, ਕਿਸੇ ਅੱਗੇ ਨਾ ਰੁਨੇ, ਵਾਰਸ ਇੱਕੋ ਜਿਹਾ ਰੋ। ਕਿਉਂ? ਜਦੋਂ ਵਾਰਸ ਵਹਿੰਦਾ ਹੈ ਉਹਦੇ ਹੀ ਜਾਂ ਮਾਂ ਨੰਗੇ ਸਿਰ ਨਜ਼ਰ ਆਉਂਦੀ ਜਾਂ ਪਿਓ ਬੇ ਕਫਨ ਨਜ਼ਰ ਆਉਂਦਾ, ਤਾਂ ਫਿਰ ਰੋਣਾ ਹੀ ਹੈ। ਅਲੀ ਅਲੈਹਿਸ ਸਲਾਮ ਮਜ਼ਲੂਮ ਹੋ ਕੇ ਮਾਰੇ ਗਏ। ਮੈਂ ਇੱਕ ਪੂਰਾ ਖਮਸਾ ਜਾਂ ਅਸ਼ਰਾ ਪੜ੍ਹਨਾ ਚਾਹੁੰਦਾ, ਇਰਾਦਾ ਹੈ ਮੇਰਾ, ਕਿ ਜਿਹਦੇ 'ਚ ਮੈਂ ਸਾਬਤ ਕਰਾਂ ਕਿ ਕਾਇਨਾਤ ਦੇ ਸਭ ਤੋਂ ਵੱਡੇ ਮਜ਼ਲੂਮ ਦਾ ਨਾਂ ਅਲੀ ਹੈ। ਇਤਨਾ ਕੁ ਮੇਰੇ ਕੋਲ ਸਟਾ ਕੇ ਮੈਨੂੰ ਵਕਤ ਨਹੀਂ ਮਿਲਦਾ, ਉਹ ਇੱਕ ਮਜਲਿਸ 'ਚ ਮੈਂ ਉਸਨੂੰ ਬਿਆਨ ਨਹੀਂ ਕਰ ਸਕਦਾ। ਜ਼ਰਬ ਲੱਗੀ ਪੁੱਤਰਾਂ 'ਚ ਆਇਆ, ਦੀਆਂ ਪਾਣੀ ਪਿਵਾਇਆ, ਹਸਨ ਨੂੰ ਜ਼ਹਿਰ ਮਿਲਿਆ, ਬਿਰਾਵਾਂ ਪਾਣੀ ਦਿੱਤਾ, ਬੈਣਾ ਜਿਗਰ ਦੇ ਟੁਕੜੇ ਜਲੇ, ਹੁਸੈਨ ਸ਼ਹੀਦ ਹੋਏ, ਸੱਤ ਕਦਮਾਂ 'ਤੇ ਧੀ, 70 ਕਦਮਾਂ 'ਤੇ ਬਹਿਣ, ਇਮਾਮ ਜ਼ੈਨੁਲ ਆਬਦੀਨ ਸ਼ਹੀਦ ਹੋਏ, ਜ਼ਹਿਰ ਮਿਲਿਆ, ਇਮਾਮ ਮੁਹੰਮਦ ਬਾਕਰ ਇੱਕ ਹੱਥ ਨਾਲ ਪਿਓ ਦਾ ਖੂਨ ਪੂਜਦੇ ਨੇ, ਦੂਜੇ ਹੱਥ ਨਾਲ ਪਿਓ ਨੂੰ ਪਾਣੀ ਪਿਵਾਉਂਦੇ ਨੇ। ਇਮਾਮ ਮੁਹੰਮਦ ਬਾਕਰ ਨੂੰ ਜ਼ਹਿਰ ਮਿਲਿਆ, ਇਮਾਮ ਜਾਫਰ ਸਾਦਕ ਉੱਤੇ ਖਲੋਤੇ ਰਹੇ, ਇਮਾਮ ਮੁਹੰਮਦ ਬਾਕਰ ਦੇ ਜੋ ਮੂੰਹ 'ਚੋਂ ਨਿਕਲਿਆ ਇਮਾਮ ਜਾਫਰ ਸਾਦਕ ਨੇ ਦਿੱਤਾ। ਇਮਾਮ ਜਾਫਰ ਸਾਦਕ ਨੂੰ ਜ਼ਹਿਰ ਮਿਲਿਆ, ਸਾਰੇ ਪੁੱਤਰ ਮੌਜੂਦ, ਕੋਈ ਖੂਨ ਪਿਆ ਪੂਜਦਾ ਹੈ, ਕੋਈ ਤਸੱਲੀ ਪਿਆ ਦਿੰਦਾ ਹੈ, ਕੋਈ ਹਾਂ ਨਾਲ ਪਿਆ ਲਾਉਂਦਾ ਹੈ। ਤੁਹਾਡਿਆਂ 11 ਇਮਾਮਾਂ 'ਚੋਂ ਜਿਤਨਾ ਬੇਵਾਰਸ ਹੋ ਕੇ ਮੂਸਾ ਕਾਜ਼ਮ ਮਾਰਿਆ ਗਿਆ, ਸਮਝ ਗਏ? ਯਾਨੀ ਕਿ ਕੋਈ ਵੀ ਸਿਰ 'ਤੇ ਦੂ ਨਾ ਮਾਂ, ਨਾ ਪੁੱਫੀ, ਨਾ ਭੈਣ, ਨਾ ਧੀ, ਨਾ ਕਹਿਦੇ 14 ਸਾਲ, 14 ਸਾਲਾਂ 'ਚ ਇੱਕ ਮੁਲਾਕਾਤ ਕਿਸੇ ਨਹੀਂ ਕੀਤੀ। ਸੋਚੋ, ਜਿਸ ਨੂੰ ਜ਼ਹਿਰ ਮਿਲੇ ਨਾ ਖਲੀਕ ਸਾਹਿਬ, ਉਸਦਾ ਦੋ ਗੱਲਾਂ 'ਤੇ ਬੜਾ ਦਿਲ ਕਰਦਾ ਹੈ। ਇੱਕ ਤਾਂ ਉਸਦਾ ਦਿਲ ਕਰਦਾ ਹੈ ਜਗ੍ਹਾ ਖੁੱਲ੍ਹੀ ਹੋਵੇ, ਮੈਂ ਜਿਹਦੇ ਤੜਫਦਾ ਜਾਂ ਮੈਨੂੰ ਰੋਕੇ। ਅਤੇ ਦੂਸਰਾ ਉਹਦਾ ਦਿਲ ਕਰਦਾ ਸਾਰੀ ਦੁਨੀਆ ਦਾ ਪਾਣੀ ਮੇਰੇ ਕੋਲ ਹੋਵੇ, ਮੈਂ ਪੀ ਲਵਾਂ। ਕਿਉਂ? ਇਹ ਗਰਮ ਬੜੀ ਹੁੰਦੀ ਲਫ਼ਜ਼, ਮੈਂ ਆਖਾਂਗਾ ਦਿਲ 'ਚ, ਤੁਸੀਂ ਆ ਕੇ ਹੈ ਕਰ ਦਿਆ ਜੇ, ਸਵਾਬ ਦੋਵਾਂ ਘਰਾਂ ਨੂੰ ਬਰਾਬਰ ਹੋ ਜਾਏਗਾ। ਹਾਇਓ ਮੇਰਾ ਗਰੀਬ ਇਮਾਮ, ਤੈਨ ਕਿੱਥੇ ਜ਼ਹਿਰ ਮਿਲਿਆ ਜਿੱਥੇ ਪੀਣ ਨੂੰ ਪਾਣੀ ਕੋਈ ਨਹੀਂ, ਤੜਫਣ ਨੂੰ ਜਗ੍ਹਾ। ਦਰੋਗਾ ਜ਼ਿੰਦਾਨ ਕਰੀਬ ਆਇਆ, ਕਹਿੰਦੀ ਮੈਂ ਤੇਰੀ ਹਾਲਤ ਅੱਜ ਤੱਕ ਨਹੀਂ ਵੇਖੀ। ਸਰਕਾਰ ਫਰਮਾਇਆ ਮੈਨੂੰ ਜ਼ਹਿਰ ਮਿਲਿਆ, ਪਾਣੀ ਪੀਵਾ। ਉਹਨੇ ਕਿਹਾ ਹਾਕਮ ਸਿਪਾਹੀ ਭੇਜੇ ਨੇ ਕਿ ਕੋਈ ਸ਼ੈ ਮੰਗੇ ਨਹੀਂ। ਫਰਮਾਇਆ ਚਾਹ ਪਾਣੀ ਵੀ ਨਾ ਦੇ, ਥੋੜ੍ਹਾ ਜਿਹਾ ਅਹਿਸਾਨ, ਜ਼ਰਾ ਦਰਵਾਜ਼ਾ ਖੋਲ। ਇੱਕ ਤਾਂ ਮੈਂ ਆਸਮਾਨ ਦਾ ਰੰਗ ਵੇਖ ਲਾ, ਜੇ ਮੈਂ 14 ਸਾਲਾਂ 'ਚ ਤਹਿਖਾਨੇ 'ਚ ਰਿਹਾ, ਉੱਥੇ ਰੋਸ਼ਨੀ ਨਜ਼ਰ ਹੈ, ਅਤੇ ਦੂਸਰਾ ਦਿਲ ਇਹ ਮੈਂ ਅੱਜ ਘਰੋਂ ਹੋ ਆਵਾਂ, ਮੇਰੀ ਜ਼ਿੰਦਗੀ ਦੀ ਆਖਰੀ ਰਾਤ ਹੈ। ਜਿਹੜਾ ਬੰਦਾ ਸ਼ੀਆ ਹੈ ਅਤੇ ਸ਼ੀਆਂ ਦੇ ਘਰ ਜਮਿਆ ਹੈ ਅਤੇ ਮਾਂ ਦੀ ਝੋਲੀ 'ਚੋਂ ਮਹਿਲਾ ਸੁਣਨਾ ਹੈ, ਅਤੇ ਫਜਰ 8 ਵਜੇ ਤੋਂ ਲੈ ਕੇ ਹੁਣ 6 ਵਜੇ ਤੱਕ ਬੈਠਾ ਹੈ ਕਿ ਇੱਕ ਅੱਥਰ ਹੋਰ ਆ ਜਾਏ,
मैं भाई कुरान ते हथ रख के वादा नहीं करता, लेकिन पाकिस्तान जो मैं जिथे जुमला पढ़िया मैं पांच पांच मिनट खामोशी इख्तियार की है तो लोगों क्रिया किया। जैसे मामा क्या ना मैं घरों आवा त्रै मिनट पूरी आखी खोल के दरोगा जिंदान बड़े ताजब और हैरानगी दे नाल दुआडे सत्तवें इमाम का मूँह वेंदा रहा है ते त्रै मिनटा के बाद पुछदा है तेरा भी को घर है फरमाया हाकम दी मना है। फरमाया असी किसी तकलीफ देने वाले नहीं, असी तकलीफा बर्दाश्त करने वाले, असी किसी दुख देने वाले नहीं। तेरे हाकम नो पता ही नहीं लगेगा मैं फजर दी नमाज इत्थे आ पढ़ा। कुड़ियां टुट गई, जंजीर टुट गई, सारी जिंदगी ये बंद पड़ी वेगा, सारी जिंदगी नस्लां तब्दील हो जान गईयां ये बंद पड़ी दा रहेगा। बावे गुलजार बुखारी दा बंदे कुल दुनिया दे उलमावां तू गुलजार जवाब एक मंगदा है, दसो कोई कैदी अठ पार मुसलसल जिंदान दे विच खड़ सकदा है। अधी रात पंजी रजब मेरे इमाम बगदाद चो मदीने आए, क्योंकि दस्तारे इमामत है वो जरा सिलसिला कदीर तो शुरू होया, अगे पग चली गई। थके भी हो, गर्मी भी बहुत ज़्यादा सी, पढ़न वाले भी अच्छ कमाल पढ़िया है। मेरे ख्याल चो जदन का मैं जलसा पढ़न लगा इतना कबूलीकियत मैं अज तक नहीं वेखी कि मैं नाल बीमार रहा सारा दिन इस कमरे पर आ रहा किधरे पढ़न नहीं मैं गया। आया मैं रात दा, मेरी तबीयत बहुत ज़्यादा ख़राब सी, मैं क्या मैं आखिर से दुआ मांग लिया। कोई ऐसा बंदा जैसा नहीं कि जिसने फ़ज़ाइल मुसाइब दी इंतहा न, जिनके बड़ी रूहानियत कबूलीत रही। एक जुमला समझो खरतुआड़िए जाकरी का भी, हर किसी अपना जौर विखाया है, हर किसी अपना इलम विखाया है, हर किसी ने अपना फजल विखाया है जो पाका ने उससे किया है। इमाम 14 साल के बाद सेने चाहे दुआन कसम है अपनी माँ के पाक दुध दी, या उठ के मेरा गिरेबान नपना है तो या फिर गिरिया नहीं करना है कि हक अदा हो जाए। दुआन वास्ता है अपनी माँ के दुध का, जिस घर चो वारस कैद होवे उठे कदी मजदूर सुती है। 14 साल हो गए ने मां रजा दी छत ते खलो के पारा दे ने। पुराने नाटक दा घर आई को छोटा जा घर ओ तो सैन दी नजर पई। आवे नाला मैं इमाम दी मां हां, इमाम दा हरम हां, इमाम दी नूह हां, असी झूठ नहीं बोल। जिसनों मर्जी पूछ लै मेरा वारस 14 साल हो गए ने बगदाद दी कहने च, मैं 11 पुत्र तैयार करके टोरे ने कि जाओ प्यू की जमानत करा के लियाओ, ना मेरा वारस आया है ना मेरे पुत्र आए, मेरे घर सिवाए कुरान दे कोई शर्त। मैं बड़ी मुश्किल दियां हूँ समाया, एडी वड्डी चीख निकली ना मूसा काज़म दी ते फरमाया मां रज़ा दी मैं ही 14 साल दा कह रहा आ मेरे सामने खलो, सामने खलो के जख्मी आते ते रख के आंदे ने तेरा शुक्रिया मेरे वेड़े दी अब्बास। आए
तेरा शुक्रिया मेरे वेड़े दी अब्बास। आका कैदा छुट गई फरमाया आई दी रात। आका मैं पुत्र टोरे हाँ मुसलमान मर चुके तेरे सारे पुत्र ज़िबा हो गए ने बज़ाहिर नाल आका मैं सुनया जिंदान तंग आई। फिर मैं नमाज औखी पढ़ता सीखा चुकी अगर सुने त्रै त्रै दिन खाना ना दें दे। अगर सुने पानी भी ना दें दे। फिर मैं मर्दी हुई हफ्ते के बाद दे आका मैं सुने मारते भी हाँ कुछ सही अब है देखो गुस्सा ना औलादे रसूल भाई तुम मेरे बधे हाथ इमाम फरमाया ना पूछ फरमाया मैं ना पूछा तो पूछेगा होर है ही कोई ना मैं ही तो पूछ तेरे मनन वालिया तक नहीं पहुंचाना कि तेरे नाल की होया। फरमाया जे मारन की गल पुछनी है तो मेरी कंड लो अपने हाथों नाल मेरा कुर्ता जा मेन मौत दे वक्त नबी का कलमा नसीब ना हो सारिया हड्डियां मेरे इमाम दियां नजर आ रही। फरमाया हर नमाज फजर दे बाद सौ ताजियाना मेरी कंड दे मार दिया ध्यान ध्यान कर हारून दी पाए। अच्छा गुजर गई मेरिया धीया मेरी याद कर दिया फरमाया दो सवालों का जवाब दो फिर मैं दसनी हाँ कैद कितना रहे हो 14 साल 14 साल चीजा कितनिया आदि 28 जेड़े धियां वाले मातम कर लिया जे दूजे बंदे ना करे जे मर्जी धियां वाला बंदा जेड़ा सीना जरूर पिट के मैंने खाए वारस का जख्मी हथ नप के मेरी सैन घर के दरवाजे ते लै गई है। फरमाया तेरी बेगुनाह कैद की कसम है 28 ईदा फजर की नमाज पढ़ के तेरिया धियां बगदाद आले पासे मुंह करके इस दरवाजे ते बाधियां बाबा आ जा धिया रह मैं हूं उस कमरे समाइया इमाम तेज उस कमरे च गए ने इतने इस शहादत चो हर जुमले ही मातम वाला बड़ी डाढ़ी शहादत इमाम मूसा कादम दी जैसे इमाम उस कमरे च गए जिते धिया आराम कर रही मैं आराम ही आ सकना कड़िया जंजीर बेड़िया तौक रसन प्यास भुख ताजियाने हर शाय इमाम उस वेले भुल गई है जदन डिठा की ये 19 धियां इट्टा दे सिरहाने बना के एक कतार दे वे सुतियां हुई ने मातम सोना लगता है मदरूम का मातम सोना लगता है मदरूम का सकीना जिंदान समझी तो फरमाया धियान मिलना ना है फरमाया पहले बोसे देने
ਜਿਵੇਂ 10 ਮੁਹਰਮ ਵਾਲੇ ਦਿਨ ਇਮਾਮ ਹੁਸੈਨ ਅਲੈਹਿ ਸਲਾਮ ਕੋਣੀਆਂ ਦੇ ਬਾਹਰ ਅਲੀ ਅਕਬਰ ਦੀ ਲਾਸ਼ 'ਤੇ ਗਏ ਹਾਂ, ਇੰਜੇ ਤੁਹਾਡਾ 7ਵਾਂ ਇਮਾਮ ਮਦੀਨੇ 5 ਰਜਬ ਦੀ ਰਾਤ ਕੋਣੀਆਂ ਦੇ ਬਾਹਰ ਜ਼ਮੀਨ 'ਤੇ ਆਏ, ਇੱਕ ਇੱਕ ਦੀ ਦਾ ਸਰ ਚੁੰਮਦੇ ਗਏ ਨੇ, ਇੱਥੇ ਜ਼ਖਮ ਹੋ ਜਾਏਗਾ ਜੇ ਸ਼ੀਆ ਮੈਨੂੰ ਮਾਤਮ ਕਰਕੇ ਨਾ ਵਿਖਾਇਆ, ਵੀ ਇਹ ਮੰਨਣ ਵਾਲਾ ਇੱਥੇ ਫਿਰ ਇਸ ਮਾਤਮ ਕਿਉਂ ਨਹੀਂ ਕੀਤਾ। ਹਰ ਧੀ ਦਾ ਸਰ ਇੱਕ ਵਾਰੀ ਚੁੰਮਿਆ, ਇੱਕ ਧੀ ਦਾ ਸਰ 9 ਵਾਰੀ ਚੁੰਮਿਆ। ਸੈਣਾ ਦੀ ਇਹਦੀ ਵਜ੍ਹਾ ਫਰਮਾਇਆ, ਵਜਾਏ ਉਹਨਾਂ ਵਤਨ ਤੇ ਮਰਨਾ ਹੈ ਇਸ ਕੌਮ ਦੀਆਂ ਪਹਾੜੀਆਂ। ਹੁਣ ਇੱਕ ਸਾਡੇ ਨਾਲ ਜ਼ਿੱਦ ਬਣਾ ਲਈ, ਇਹ ਰੋਂਦੇ ਕਿਉਂ ਆ? ਨੁਕਸਾਨ ਵਾਲਾ ਰੋਂਦਾ, ਦੂਜੇ ਕੀ ਰੋਣਾ। ਦੀਆਂ ਬੈਣ ਕੀਤੇ, ਵਕਤ ਨਹੀਂ ਰਿਹਾ, ਛੋੜ ਦਿੱਤਾ। ਰਜ਼ਾਨ ਪੱਗ ਬਣਾਈ, ਫਰਮਾਇਆ ਅਲਵਿਦਾ ਅਲਵਿਦਾ ਅਲੈਕੁੰਨਾ ਮਿੰਨਿਸਾ। ਇੱਥੇ ਹੀ ਪੂੜੀ ਪਾ ਲਿਆ ਜੇ ਬਗਦਾਦ ਦੂਰ ਜੇ, ਇੱਥੇ ਹੀ ਰੋ ਲਿਆ ਜੇ ਬਗਦਾਦ ਤੁਹਾਨੂੰ ਕਹਿ। ਜ਼ਿੰਦਾਨ 'ਚੋਂ ਜ਼ੰਜੀਰ ਪਾਏ, ਕੜੀਆਂ ਪਾਈਆਂ, ਤੌਬ ਪਾਏ, ਦਰੋਗੇ ਦਾ ਮੋਢਾ ਹਿਲਾ ਕੇ ਆਉਂਦੇ ਨੇ, ਤੂੰ ਸੁੱਤਾ ਹੈ ਮੈਂ ਜਾਗਦਾ ਰਿਹਾ, ਮੈਂ ਆਪਣੇ ਵਾਅਦੇ 'ਤੇ ਆ ਗਿਆ, ਤੇਰੇ ਹਾਕਮ ਨੂੰ ਪਤਾ ਤਾਂ ਨਹੀਂ ਨਾ ਲੱਗਾ, ਚੱਲਦੇ ਆ ਆਣ ਮੈਂ ਨਮਾਜ਼ ਪੜ੍ਹ। ਨਮਾਜ਼ ਸ਼ੁਰੂ ਕੀਤੀ, ਫਜਰ ਦੀ ਨਮਾਜ਼। ਦੂਸਰੀ ਰਕਤ ਦਾ ਦੂਸਰਾ ਸਜਦਾ, ਇੰਨਾ ਲਿਲਾ ਹੈ, ਸੈਯਦਾ ਨਸਰੇ ਰਸੂਲਾ ਆਇਮਾ ਦਾ ਜ਼ਵਾਰਾ ਹੁਸੈਨ ਦਾ ਜ਼ਾਕਿਰ ਕਾਬੇ ਦਾ ਹਾਜੀਆਂ, ਮਿਨ ਮੌਤ ਦੇ ਵਕਤ ਨਬੀ ਦਾ ਕਲਮਾ ਨਸੀਬ ਨਾ ਹੋਵੇ, ਕੋਈ ਬੰਦਾ ਮੇਰੇ ਤੇ ਗੁੱਸਾ ਨਾ ਕਰੇ। ਸ਼ੀਆਂ ਸੁਣੀਆਂ ਓ ਮਿਨ ਅਲੀ ਦੇ ਆਖਰੀ ਸਹੀਦੇ ਦੀ ਕਸਮ, ਫਜਰ ਤੋਂ ਲੈ ਕੇ ਡੀਗਰ ਤੱਕ ਮੇਰੇ ਇਮਾਮ ਦਾ ਮਈਅਤ ਮੂੰਹ ਦੇ ਬਾਹਰ ਜ਼ਿੰਦਾਨ ਦੇ ਦਰਵਾਜ਼ੇ ਤੇ ਪਿਆ। ਬਗਦਾਦ ਦੇ ਮੁਸਲਮਾਨ ਕੋਈ ਸੱਜੇ ਗੁਜ਼ਰ, ਵਕਤ ਖਤਮ ਹੋ ਗਿਆ, ਇਤਨਾ ਹੀ ਪੜ੍ਹਨਾ। ਚਾਰ ਮਜ਼ਦੂਰ ਪੁੱਤਰ 18 ਮਜ਼ਦੂਰਾਂ ਜਨਾਜ਼ਾ ਚਾਹੇ ਮਹੱਲਾ ਕਰਫ ਚੋਂ ਗੁਜ਼ਰੇ, ਤੋਬਾ ਨਾਮੀ ਮੋਮਨਾ ਦਰ ਤੇ ਖਲੋ ਕੇ ਆਂਦੀ ਇਹ ਬਿਮਾਰ ਏ ਨਹੀਂ, ਦੁਨੀਆਂ ਟੁੱਟੁਰ ਇਹਦਾ ਖਾਨਦਾਨ ਬਿਰਾਦਰੀ ਇਹ ਆਂਦੇ ਸਾਨੂੰ ਕੋਈ ਪਤਾ ਨਹੀਂ, ਅਸੀਂ ਮਜ਼ਦੂਰਾਂ ਉਜਰਤ ਲਈ ਪੁੱਤਰਾਂ ਨੂੰ ਬੁਲਾ ਕੇ ਆਂਦੀਏ ਮੈਂ ਕਸਮ ਦੇਣੀ ਆਂ ਇੱਕ ਰੁਲਿਆ ਹੋਇਆ ਸੈਯਦ ਹੋਰ ਏਡਾ ਗਰੀਬ ਨਾ ਪੁੱਤ ਆਂਦੀਏ ਜਿਹੜੀ ਰਾਤ ਗੁਜ਼ਰੀ ਹੈ ਮੈਂ ਇਸ ਰਾਤ 'ਚ ਇਸ ਬਾਜ਼ਾਰ 'ਚ ਮੁਹੰਮਦ ਦੀ ਜੀਲ ਵਾਲ ਖੁੱਲ੍ਹੇ ਮਜ਼ਦੂਰ ਚਾਈ ਜਾਂਦੇ ਨੇ ਤਵਾ ਵਹਿਣ ਕਰਦੀ ਜਾਂਦੀ ਮੂੰਹ 'ਚੋਂ ਮੈਂ ਲਫ਼ਜ਼ ਹੋਰ ਆਖਾਂਗਾ ਇਸ਼ਾਰਾ ਮੈਂ ਹੋਰ ਕਰਾਂਗਾ ਜਿਹਦੇ ਨਸੀਬ 'ਚ ਸਮਝ ਜਾਏਗਾ ਜਿਹੜਾ ਨਹੀਂ ਸਮਝੇਗਾ ਉਹਦੀ ਆਪਣੀ ਕਿਸਮਤ। ਜਦਣ ਜੰਗਲ 'ਚ ਆਏ ਨੇ ਇਹਨਾਂ ਬੜੇ ਆਰਾਮ ਦੇ ਨਾਲ ਮੇਰੇ ਇਮਾਮ ਦਾ ਮਈਅਤ
ਬਗਦਾਦ ਵਿਚਾਲੇ ਓ ਮੈਂ ਕੋ ਨੌਕਰ ਸਮਝ ਕੇ ਦੱਸਿਆ ਇਹ ਦਰਦ ਰਸੀਦਾ ਗਾਲੇ ਤੇ ਮੈਂ ਕਿਹੜਾ ਕੰਮ ਕਰਦਾ ਹੁੰਦਾ ਏ ਮੈਂ ਆਪਣੀਆਂ ਭੈਣਾਂ ਇਸ ਮਜਲਿਸ ਦਾ ਸਵਾਬ ਮਲਕ ਮੁਹੰਮਦ ਅਮੀਰ ਉਹਨਾਂ ਦੇ ਵਾਲਿਦ ਔਰ ਬਾਕੀ ਮਰਹੂਮੀਨ ਦੇ ਨਾਮ ਅਮਾਲ 'ਚ ਦਰਜ ਕਰਨਾ, ਇਸ ਤੋਂ ਜ਼ਿਆਦਾ ਤੋਫੀਕ ਅਤਾ ਫਰਮਾ, ਇਸ ਘਰ ਨੂੰ ਸ਼ਰੇ ਸ਼ੈਤਾਨ ਤੋਂ ਮਹਿਫੂਜ਼ ਕਰਨਾ, ਇਹ ਸਿਲਸਿਲਾ ਕਿਆਮਤ ਤੱਕ ਜਾਰੀ ਉਸਾਰੀ ਫਰਮਾ, ਹਾਜ਼ਰੀ ਨੇ ਮਜਲਿਸ ਦੀਆਂ ਪਰੇਸ਼ਾਨੀਆਂ ਦੂਰ ਫਰਮਾ, ਆਪਣੇ ਮਰਹੂਮੀਨ ਵਾਸਤੇ ਫਰਿਆਦ ਕਰੋ ਜਿਹੜੇ ਸਾਡੇ ਚਲੇ ਗਏ ਨੇ, ਮੇਰਾ ਅੱਲਾਹ ਉਹਨਾਂ ਦੀਆਂ ਗਲਤੀਆਂ ਗੁਨਾਹ ਮਾਫ਼ ਫਰਮਾ, ਮੇਰਾ ਖਾਲਿਕ ਮੇਰੇ ਮਾਲਿਕ ਮੇਰਾ ਇਦਾਰਾ ਬਿਲਾਏ ਅਲੀਮ ਨੇ ਵੀ ਤਾਲਬ ਨੂੰ ਕਾਮਯਾਬੀ ਅਤਾ ਫਰਮਾ ਔਰ ਸ਼ਬੀਏ ਜੰਨਤ ਉਲ ਬਕੀ ਬਣਾਉਣ ਦੀ ਤੋਫੀਕ ਅਤਾ ਫਰਮਾ, ਤਾਂ ਕਿ ਉਹ ਜ਼ਿਆਰਤ ਪੂਰੀ ਦੁਨੀਆ 'ਤੇ ਕੋਈ ਨਹੀਂ, ਰਸੂਲ ਦੀ ਧੀ ਦੀ ਕਬਰ ਮੁਸਲਮਾਨਾਂ ਢਾਈ ਆਈ, ਅਤੇ ਮੈਂ ਇਰਾਦਾ ਕੀਤਾ ਹੈ ਉਸਨੂੰ ਮੈਂ ਬਣਾਵਾਂਗਾ, ਔਖੀ ਬਣੇ ਸੌਖੀ ਬਣੇ ਇਨਸ਼ਾ ਅੱਲਾ 2 ਸਾਲ ਦੇ ਅੰਦਰ ਅੰਦਰ ਬਿਲਕੁਲ ਫਿਰ ਉਹੀ ਰੋਜ਼ਾ ਜਿਹੜਾ 1826 'ਚ ਗਿਰਾਇਆ ਗਿਆ ਸੀ। ਜ਼ਵਾਰ ਜਾਂਦੇ ਨੇ ਮਦੀਨੇ, ਇਹਦੇ ਰਸੂਲ ਦਾ ਰੋਜ਼ਾ ਹੈ ਅਤੇ ਉਹਦੇ ਜਿਹੜੀ ਰਸੂਲ ਦੇ ਵਿੱਚੋਂ ਆਈ ਉਹਦੀ ਕਬਰ 'ਤੇ 3 ਪੱਥਰ ਪਏ। ਮੈਂ ਉੱਥੇ ਮਜਲਿਸ ਪੜ੍ਹੀ ਆਈ ਅਤੇ ਮੈਂ ਬੀਬੀ ਨਾਲ ਵਾਅਦਾ ਕੀਤਾ ਹੈ ਕਿ ਦੀ ਰਸੂਲ ਦੀ ਮੈਂ ਤੇਰਾ ਰੋਜ਼ਾ, ਇਹਦੇ ਵਾਸਤੇ ਮੈਨੂੰ ਦੁਆ ਨਹੀਂ ਦੂਜੀ ਜ਼ਰੂਰਤ, ਪੈਸੇ ਨਹੀਂ ਚਾਹੀਦੇ, ਸਿਰਫ ਦੁਆ ਦੁਆ ਕਰ ਦਿਓ। ਅੱਛੇ ਬੱਚੇ ਕੋ ਪੜ੍ਹਾਉਣਾ ਚਾਹੇ, ਆਲਮੇ ਦੀਨ ਬਣਾਉਣਾ ਚਾਹੇ, ਉਹ ਮੇਰੇ ਨਾਲ ਰਾਬਤਾ ਕਰੇ। 4 ਸਾਲ ਦਾ ਕੋਰਸ ਹੈ, ਇੰਤਹਾਈ ਜਦੀਦ ਕੋਰਸ ਹੈ, ਦਰਸ ਮੁਕੰਮਲ ਹੋ ਗਿਆ ਹੈ। 4 ਸਾਲ ਦੇ ਬਾਅਦ ਆਪਣਾ ਬੱਚਾ ਤੁਹਾਡੀ ਅਮਾਨਤ ਹੈ, ਤੁਸੀਂ ਅੱਲਾਹ ਦੀ ਜ਼ਿੰਦਗੀ ਕਰੇ ਤੋਂ ਵਾਪਸ ਆ ਜਾਏਗਾ, ਉਹ ਤੁਹਾਡੇ ਮੇਜ਼ ਨੂੰ ਆਬਾਦ ਰੱਖੇਗਾ, ਜ਼ਿਕਰ ਅਹਿਲ ਬੈਤ ਕਰੇਗਾ, ਸਿਰਫ ਰਵਾਇਤ ਨਹੀਂ ਪੜ੍ਹੇਗਾ ਇਰਫਾਨ ਵੀ ਪੜ੍ਹੇਗਾ, ਔਰ ਉਹ ਲੋਕਾਂ ਨੂੰ ਸਮਝਾਏਗਾ ਕਿ ਮਜ਼ਬੇ ਹੱਕਾ ਦੀ ਹਕੀਕਤ ਕਿਆ ਹੈ। ਇਹਦੇ ਵਾਸਤੇ ਕਦੀ ਨਮਾਜ਼ ਪੜ੍ਹੋ, ਮੇਰੇ ਵਾਸਤੇ ਦੁਆ ਫਰਮਾ, ਮੌਤਾ ਜੇ ਦੁਆ, ਅੱਲਾ ਤੁਹਾਨੂੰ ਸਿਹਤ ਦੇ, ਇੱਜ਼ਤ ਦੇ, ਜ਼ਿੰਦਗੀ ਬਾਕੀ, ਮੁਲਾਕਾਤ ਬਾਕੀ, ਅੱਲਾ ਸੋਹਣੇ ਦੇ ਹਵਾਲੇ 5 ਵਾਰ। Thank you.